ਦੇਰ ਰਾਤ ਦੋ ਬਸਾਂ ਨੂੰ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਹੈ ਫਿਰ ਵੀ ਜੋੜਾ ਹੈ ਪਰ ਫਾਇਰ ਬ੍ਰਿਗੇਡ ਦੇ ਵੱਲੋਂ ਕਾਫੀ ਮੁਸ਼ਕਲ ਤੋਂ ਬਾਅਦ ਆਗ ਤੇ ਕਾਬੂ ਪਾ ਲਿਆ ਗਿਆ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅੱਗ ਲੱਗਣ ਦੇ ਕਾਰਨ ਦਾ ਹੱਲ ਕਿ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਪਰ ਪਟਿਆਲਾ ਦੇ ਨਵੇਂ ਬਸਟੈਂਡ ਤੇ ਹਾਦਸਾ ਵਾਪਰਿਆ ਹੈ ਦੇਰ ਰਾਤ ਦੋ ਬਸਾਂ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਦਾ ਹੱਲ ਹੁਣ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਪਰ ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਲ ਦੇ ਨਾਲ ਆਗ ਤੇ ਕਾਬੂ ਪਾਇਆ ਤੇ ਤਸਵੀਰਾਂ ਇਸ ਤਰੀਕੇ ਦੇ ਨਾਲ ਆਗ ਤੇ ਕਾਬੂ ਪਾਉਣ ਦੀ ਜਿਹੜੀ ਪੂਰੀ ਮਸ਼ਕੱਤ ਹੈ ਉਹ ਵੀਡੀਓ سامنے ਆਈ ਹੈ देर रात ਦੋ ਬਸਾਂ ਨੂੰ ਅੱਗ ਲੱਗ ਗਈਆਂ ਪਟਿਆਲਾ ਬੱਸ ਸਟੈਂਡ ਤੇ ਹਾਦਸਾ ਵਾਪਰਿਆ ਹੈ ਅਗਲਾ ਗੰਦੇ ਕਰਕੇ ਫਾਇਰ ਬ੍ਰਿਗੇਡ ਨੂੰ ਕਾਫੀ ਮਸ਼ਕੱਤ ਦਾ ਸਾਹਮਣਾ ਕਰਨਾ ਪਿਆ